ਜਿਹੜੀ ਨਵੇਂ ਦਿਸ਼ਾ ਨਿਰਦੇਸ਼ ਕਿਉਂਕਿ ਪਹਿਲਾਂ ਵੀ ਦਿਸ਼ਾ ਨਿਰਦੇਸ਼ ਸ੍ਰੀ ਕਾਲ ਤਖਤ ਸਾਹਿਬ ਵੱਲੋਂ ਹੋਏ ਸੀ ਹੁਣ ਅਸੀਂ ਤੁਰੰਤ ਇੱਕ ਆਪਣਾ ਵਾਪਸ ਸ਼ਾਉਣੀ ਗੁਰਦਰਾ ਪ੍ਰਬੰਧਕ ਕਮੇਟੀ ਦਾ ਭਾਈ ਬਲਵੰਤ ਸਿੰਘ ਜੀ ਰਾਜੋਬਾਣਾ ਜਿੰਦਾ ਸ਼ਹੀਦ ਉਹਨਾਂ ਨੂੰ ਮਿਲ ਲਈ ਜੇਲ੍ਹ ਦੇ ਵਿੱਚ ਅਸੀਂ ਡੀਜੀਪੀ ਸਾਹਿਬ ਨੂੰ ਅੱਜ ਚਿੱਠੀ ਵੀ ਲਿਖ ਦਿੱਤੀ ਆ ਤੇ ਉਹ ਇੱਕ ਵਾਪਸ ਉਹਨਾਂ ਨੂੰ ਛੇਤੀ ਮਿਲ ਕੇ ਉਹਨਾਂ ਦੇ ਨਾਲ ਬੈਠ ਕੇ ਸਾਰਾ ਵਿਚਾਰ ਵੰਡਰਾ ਕਰਕੇ ਆਊਗਾ